ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੀ ਸੀਐਮ ਆਨ ਸਰਕਾਰ ਦੇ ਵੱਡੇ ਫੈਸਲੇ ਤੋਂ ਮਗਰੋਂ ਮੁਲਾਜ਼ਮਾ ਨੇ ਕੀਤਾ ਵਿਰੋਧ ਤੇ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਭਗਵੰਤ ਮਾਨ ਦੇ ਫੈਸਲੇ ਦੇ ਮਗਰੋਂ ਮੁਲਾਜ਼ਮਾ ਨੇ ਵਿਰੋਧ ਕੀਤਾ ਇਸ ਦੇ ਚਲਦਿਆਂ ਮੁਲਾਜ਼ਮਾ ਦਾ ਕਹਿਣਾ ਹੈ ਕਿ ਕੰਪਿਊਟਰ ਆਪਰੇਟਰ ਹਾਂ ਅਸੀਂ ਤੇ ਸਾਡੀਆਂ ਸੇਵਾ ਕੇਂਦਰਾਂ ਦੇ ਵਿੱਚ ਪਿਛਲੇ ਦਿਨੀ ਤੁਹਾਨੂੰ ਦੱਸ ਦਈਏ ਭਗਵੰਤ ਮਾਨ ਸਰਕਾਰ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਸੇਵਾ ਕੇਂਦਰ ਐਤਵਾਰ ਨੂੰ ਵੀ ਖੁੱਲਣਗੇ ਅੱਧੇ ਸਟਾਫ ਦੇ ਨਾਲ ਖੁੱਲਣਗੇ ਇਸ ਬਾਰੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਸਾਨੂੰ ਬਹੁਤ ਵਧੀਆ ਲੱਗਾ ਕਿ ਅਸੀਂ ਸਰਕਾਰ ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰ ਰਹੇ ਹਾਂ ਜੋ ਸਾਡੀਆਂ ਡਿਊਟੀਆਂ ਲਾਈਆਂ ਗਈਆਂ ਸਾਨੂੰ ਉਹਨਾਂ ਨੂੰ ਟੂਟੀਆਂ ਜਰੂਰ ਪੂਰੀਆਂ ਕਰਾਂਗੇ ਅਸੀਂ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਹਾਜ਼ਰਾਂ ਪਰ ਸਾਡੀ ਤਨਖਾਹ ਇਸ ਤਰ੍ਹਾਂ ਸਮਝ ਲਓ ਕਿ ਲੇਬਰ ਵਾਲੇ ਬੰਦੇ ਤੋਂ ਵੀ ਘੱਟ ਹੈ ਲੇਬਰ ਵੀ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਕੰਮ ਕਰਦੀ ਹੈ ਤਾਂ ਉਹਨਾਂ ਨੂੰ ਵਿੱਚ 2 ਘੰਟੇ ਦੀ ਰੈਸਟ ਵੀ ਮਿਲਦੀ ਹੈ ਤੇ ਲੇਬਰ ਇਸ ਸਮੇ 5500 ਰੁਪਇਆ ਦਿਹਾੜੀ ਲੈ ਰਹੀ ਆ ਤੇ ਸਾਡੀ ਤਨਖਾਹ ਸਿਰਫ 8200 ਰੁਪਏ ਇੱਕ ਦਿਨ ਦੇ 290 ਰੁਪਏ ਅਸੀਂ ਲੈਂਦੇ ਆ ਅਸੀਂ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਜਾਂ ਤਾਂ ਸਾਡੀ ਤਨਖਾਹ ਵਧਾ ਕੇ 15 ਤੋਂ 18000 ਰੁਪਏ ਕਰ ਦਿੱਤੀ ਜਾਵੇ ਕਿਉਂਕਿ 8000 ਰੁਪਏ ਦੇ ਵਿੱਚ ਜਾਂ 8200 ਰੁਪਏ ਦੇ ਨਾਲ ਸਾਡੇ ਘਰ ਦਾ ਤਾਂ ਬਿਲਕੁਲ ਨਹੀਂ ਗੁਜ਼ਾਰਾ ਹੁੰਦਾ 5000 ਦਾ ਤਾਂ ਪੈਟਰੋਲ ਹੀ ਲਾਕੀ ਜਾਂਦਾ ਤੇ ਬਾਕੀ ਘਰਾਂ ਦੇ ਖਰਚੇ ਵੀ ਬਹੁਤ ਹੁੰਦੇ ਨੇ ਹੋਰ ਵੀ ਬਹੁਤ ਖਰਚੇ ਹੁੰਦੇ ਨੇ ਪਰਸਨਲੀ ਤੌਰ ਤੇ ਫੀਸਾਂ ਵੀ ਬੱਚਿਆਂ ਦੀਆਂ ਦੇਣੀਆਂ ਹੁੰਦੀਆਂ ਨੇ ਬਾਕੀ ਉਹਨਾਂ ਵੱਲੋਂ ਕੀ ਕਿਹਾ ਗਿਆ ਜੀ ਚੈਨਲ ਤੇ ਪਾਈ ਵੱਡੀ ਵੀਡੀਓ ਚ ਚੈੱਕ ਕਰੋ ਤਾਂ